ਉਹ ਕੁਛ ਨਹੀਂ ਚਾਹੀਦਾ ਕੁਖ ਨਹੀਂ ਚਾਹੀਦਾ ਭਾਈ ਲੈ ਲੈ ਰਾਹ ਕਿੱਥੇ ਖਤਮ ਹੁੰਦੇ ਜ਼ਿੰਦਗੀ ਦੇ ਸਫ਼ਰ ਤੋਂ ਮੰਜ਼ਿਲ ਤਾਂ ਉਹੀ ਆ ਜਿੱਥੇ ਖੁਆਇਸ਼ ਖਤਮ ਹੋ ਜਾਵੇ ਹਾਂਜੀ ਕੀ ਹਾਲ ਚਾਲ ਸਾਰਿਆਂ ਹੋ ਪਾਕ ਸਾਰੇ ਤੁਸੀਂ ਘੈਂਟ ਹੀ ਹੋਵੋਗੇ ਕਾਫੀ ਟਾਈਮ ਤੋਂ ਸਾਡੀ ਸਲਾਹ ਬਣਦੀ ਪਈ ਸੀ ਮਕਲੋੜਗੰਜ ਜਾਣ ਦੀ ਹਾਂਜੀ ਬਾਬੇ ਉਹ ਅੱਜ ਅਸੀਂ ਚੱਲੇ ਆ ਮਕਲੋੜਗੰਜ ਇਸ ਬਲੌਗ ਵਿੱਚ ਤੁਹਾਨੂੰ ਪ੍ਰੋਪਰ ਕੀ ਕੀਤਾ ਕੀ ਖਾਧਾ ਕੀ ਪੀਤਾ ਕਿੱਥੇ ਰਹੇ खड़े आ पठानकोट तो इतों जरा धर्मशाला रह जाता 84 किलोमीटर सैनिक चौंक तो इधर अंदर मुड़ जाना तो सीधा जावे आ रहा जाता पाया धर्मशाला धर्मशाला आप चुके हैं तो आप उपर चले हम मलोड़गंज वालों तो आप चलते उपर में देखियो राह बहुत एक सू नेरा पै गया आ राह यार इत बहुत सही राह आया उदा देखे जाए तो बैक टू लाइक कंफर्ट रोड चेक करो कि आया रोड गया सीधे रोड आ सीधे रोड कोई हिसाब ना हिसाब ना हिसाब ना पाड़ना इन देखो इत लोग रेंदे इन्होंने पहरावा बनाया मार्केट अद्धी बंद हो गई है अद्धी पच्ची खुली है हुण बस भरावा बस बस वधिया वधिया हाल चाल वधिया हाल चाल उत्थे मोटर लाओ खड़े आवा कुख नहीं चाहिए कुछ नहीं चाहिए कुख नहीं चाहिए हीरो बन जाना और क्या नहीं वधिया गल है भरा आ जाएंगे जुड़े जनरल साढ़े नहीं कुख नहीं चाहता बंदे सलाह उपर के उपर जाना क्या नहीं मुंडा क्या उपर जाना मंदिर कराना क्या कमरा अब दोनों जाने सुनिया पईयां सड़क आ जा मिर्जा बन के दुध गलत आ जाता सी घूम सोने मन लिया कर
फटाफट रोड खरड़ा थे उपन चढ़ के आ गए थे। रोड गलत आप आ गए यार, जुकाम लग गया। टोपी गलत टोपी लैके नहीं आप गलती होगी, टोपी लैके होनी चाहिए सर। जान दे हूं गिर बदल ला गुटिया बेचारिया चिलना जी है ना। कर दो पार भरावा खड़ जा क्यों नहीं रोंदे रूम कहते लै लो साडे को रूम लै लो भरावा रूम नहीं तो 2000 बंदे नहीं है हूँ 400 रुपए का रूम ਉਹ ਸਹੀ ਚਲਾ ਸਲੇ ਹੈ ਹਾਂ ਹਾਂ ਤੇ ਯਾਰ ਟਰਨੇ ਹੈ ਹਾਂ ਤੇ ਮੱਠਾ ਮੱਠਾ ਹੁਣ ਠੰਡ ਖੋਲਾ ਦੀ ਪਈ ਆ चल रूम तक कन्फर्म कर लगे आप इत है कोई भाई। हेलो कोई है ही नहीं यार रूम राम बेचना। ओ आप तो है ही नहीं इत्थे। दो जाने की रूम का हिसाब ₹500 लाऊंगा फिर ला मोटरसाइकिल आ जा रूम देख लिया सब जानू असि सब जानू अंतर जामी बाबे असि की करना मैम तो तो कैश हैगा ऐसी है नी राशन रुश खास ना है ताई कितने पे सस्ते रूम है ना 2000 3000 3500 रुपए का रूम मिलता है इतने में मंदिर पक्षुनाथ ही मंदिर होंगे मंदिर इत मंदिर ओही मंदिर ही इधर मंदिर आवला और सामने मंदिर आवला और दिखता होना है ओ मंदिर
ਉਹ ਸਾਹਮਣੇ ਮੰਦਿਰ ਆ ਉਹ ਲੈ ਆ ਪਤੰਦਰ ਉਧਰ ਪਾਰਕਿੰਗ ਲਾਉਣ ਲੱਗਾ ਬਾਈਕ ਹੁਣ ਆ ਸਾਡਾ ਰੂਮ ਆ ਅੰਦਰ ਵੜਦੇ ਸਾਰੀ ਸਾਈਡ ਤੇ ਬਾਥਰੂਮ ਆ ਲੈਟ ਜਾਗੀ ਨਹੀਂ ਠੀਕ ਆ ਤੇ ਉਹ ਦੇਖੋ ਸ਼ੀਸ਼ਾ ਲੱਗਾ ਪਿਆ ਮੂੰਹ ਮੇਰਾ ਆਉਂਦਾ ਨਹੀਂ ਪਿਆ ਲਾਈਟ ਵੱਜਦੀ ਪਈ ਉੱਤੇ ਤੇ ਉਹ ਗੀਜ਼ਰ ਲੱਗਾ ਪਿਆ ਹੈ ਪ੍ਰੋਪਰ ਇਹਨਾਂ ਵਧੀਆ ਕੀਤਾ ਵਾ ਗੀਜ਼ਰ ਵਰਕਿੰਗ ਹੀ ਆਉਂਦਾ ਉਦਾਂ ਮੈਂ ਉਹਨੂੰ ਸਪੈਸ਼ਲ ਪੁੱਛਿਆ ਮੈਂ ਗੀਜ਼ਰ ਵਰਕਿੰਗ ਕਰ ਦਿੰਦਾ ਵਰਕਿੰਗ ਕਿਉਂਕਿ ਤੇ ਪਾਣੀ ਨਾ ਬੇਤਬਾ ਪਾਣੀ ਠੰਡਾ ਹੁੰਦਾ ਆ ਦੇਖੋ ਤੇ ਸਭ ਕੁਝ ਸਮਾਂ ਰੱਖਿਆ ਨਹੀਂ ਸਹੀ ਹੈ ਸਭ ਦਾ ਚਲੋ ਜੀ ਬਾਕੀ ਤਾਂ ਦਿਖਾ ਦਵਾਂ ਆਹ ਸਾਡੇ ਬੈਗ ਬੁੱਕ ਪਏ ਆ ਤੇ ਆ ਪ੍ਰੋਪਰ ਰੂਮ ਦੇਖੋ ਰੂਮ ਆ ਛੋਟਾ ਜਿਹਾ ਟੇਬਲ ਦਿੱਤਾ ਪਿਆ ਬੈਗ ਉੱਥੋਂ ਅਤੇ ਉੱਦਾਂ ਨਾ ਦੋ ਗੱਜ ਦੇ ਗਲਾਸ ਆ ਨਾਲ ਜੱਗ ਆ ਕੜਾ ਤਖਤ ਆਉਂਦੇ ਬਹਾਨੇ ਅਤੇ ਕਵਰਡ ਅੰਦਰ ਕੀ ਕਵਰਡ ਅੰਦਰ ਕੰਬਰ ਰੱਖਿਆ ਤੁਹਾਡੇ ਕਵਰ ਅੰਦਰ ਕੀ ਆ ਅਤੇ ਰਜਾਈ ਵੀ ਰੱਖੀ ਇਹਨਾਂ ਨੇ ਕਵਰਡ ਅੰਦਰ ਵੀ ਕੋਈ ਗੱਲ ਨਹੀਂ ਪੁੱਠਾ ਫੇਲ ਹੋ ਗਿਆ ਚਲੋ ਏ ਸਿੱਧਾ ਮਿਲੋ ਬਿਟ 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 ਮੇਲ ਹੋ ਗਿਆ ਬਾਹਰ ਬਾਹਰ ਲਾ ਵੀ ਉਹ ਦੇਖੋ ਤੁਸੀਂ ਬਾਕੀ ਤਾਂ ਆਉਂਦੇ ਨੇ ਖੂਬ ਖੂਬ ਦਿਖਾਇਆ ਜਾਊਗਾ ਪ੍ਰੋਪਰ ਸਹੀ ਆ ਉੱਥੇ ਹੁਣ ਕੀ ਪਤਾ ਹਿਸਾਬ ਤਾਂ ਵਾ ਸਾਲੇ ਉੱਥੇ ਕਿਹੜੇ ਰੂਮ ਵੀ 400 ਰੁਪਏ ਦਾ ਬਟ ਟਰਸ ਬਸੀ ਬੰਦੇ ਨਹੀਂ ਸੀਗੇ ਹੁਣ ਇੱਥੇ ਪਹਿਲੇ ਆਪਾਂ ਰਹਿ ਚੁੱਕੇ ਇੱਕ ਦੋ ਵਾਰੀ ਨਾ ਰੂਮ ਸਹੀ ਆ ਉਹਦਾ ਇੱਥੇ ਉੱਥੇ ਯਾਰ ਵੀ ਹਿਸਾਬ ਕਿਤਾਬ ਹੈ ਹੀ ਨਹੀਂ ਯਾਰ ਉਹ ਟੁੱਟ ਕੇ ਪੈ ਗਏ ਦੇਰ ਆਰ ਡਿਫਰੈਂਟ ਟਾਈਪਸ ਆਫ ਸ਼ੋਪਸ ਐਂਡ ਦੇ ਹੈਵ ਅਲੋਟਸ ਆਫ ਵਰਾਇਟੀਜ਼ ਅਲੋਟ ਆਫ ਕਲੈਕਸ਼ਨ ਯੂ ਕੈਨ ਸੀ ਹੇਅਰ ਪਿਛਲੀ ਵਾਰੀ ਆਪਾਂ ਨਾ ਉੱਥੇ ਪੁੱਛਣ ਗਏ ਮੈਂ ਤਰ੍ਹਾਂ ਦਾ ਰੂਮ ਉਹ ਸਾਹਮਣੇ ਉੱਥੇ ਉਹ ਪਰਲੇ ਪਾਸੇ ਮੈਂ ਕਿਹਾ ਕਿੰਨਾ ਹੈ ਕੁਛ ਰੂਮ ਦੀ ਕਹਿੰਦਾ ਰੂਮ ਮਿਲ ਗਿਆ ਭਾਈ 3500 ਰੁਪਏ ਦਾ ਮੈਂ ਤਰ੍ਹਾਂ ਚੁੱਪ ਚੁੱਪ ਇੱਧਰ ਨਹੀਂ ਆ ਗਿਆ ਮੈਂ ਆਏ ਠੀਕ 800 ਵਾਲਾ ਸਾਨੂੰ ਆਪਾਂ ਇੱਥੇ ਦੇਖ ਕੇ ਜਾਵਾਂ ਕੀ ਹਿਸਾਬ ਤਾਂ ਵਾ ਯਾਰ ਬਹੁਤ ਵਧੀਆ ਕਲੈਕਸ਼ਨ ਇਹਨਾਂ ਦਾ ਯਾਰ ਓਏ ਇੱਕ ਇੱਧਰ ਟੋਪੀ ਖੜਨੀ ਯਾਰ ਮੈਂ ਆ ਟੋਪੀ ਬਹੁਤ ਮਸਤ ਹੀ ਲੱਗਦੀ ਇੱਧਰ ਉੱਧਰ ਪਾਈ ਲਈ ਹੋਵੇ ਨਾ ਬੰਦੇ ਨੇ ਵਧੀਆ ਇੱਥੇ ਹਿਸਾਬ ਤਾਂ ਯਾਰ ਉੱਧਰ ਵੀ ਸ਼ੋਪ ਸ਼ੋਪਸ ਇੱਕ ਉੱਧਰ ਬੈਗ ਵੀ ਖੜਨਾ ਆਪਾਂ ਪੱਕਾ ਉਹ ਜਿਹੜਾ ਉੱਪਰ ਨਾ ਉਹ ਲੱਗਾ ਪਿਆ ਐਨਕਾਂ ਵਗੈਰਾ ਬਹੁਤ ਸੋਹਣੀਆਂ ਗੁੜੀਆ ਕਹਿੰਦੀ ਸੀ ਲੈ ਕੇ ਜਾਣਾ ਆ ਸੋ ਯਾਦ ਕਰਦੀ ਮੈਨੂੰ ਜਰਮਨੀ ਇੱਥੋਂ ਜੇ ਪਾਣੀ ਪੈਂਦਾ ਵੈਸੇ ਜਰਮਨੀ ਦਿਓ ਲੈ ਬਖਸ਼ ਬੋਲੋ ਪੈਦਾ ਨਹੀਂ ਹਾਂ ਉਹਦੇ ਭਾਅ ਕੀ ਕਰੀ ਜਾਂਦਾ ਪਿਆ ਉਹਦੇ ਵੇਲੇ ਫੋਨ ਲੱਗੀ ਕੱਟੀ ਜਾਂਦਾ ਹੋਏ ਫੋਨ 'ਚ ਸੱਪ ਕੱਢਦਾ ਪਿਆ ਲੱਗਦਾ ਮੈਨੂੰ ਆ ਸਕੂਟੀਆਂ ਬੜੀਆਂ ਸਤਰੰਗੀ ਸਤਰੰਗੀਆਂ ਜੀ ਇਹਦੇ ਫਿਰਦੀਆਂ ਪਈਆਂ ਤੂੰ ਫੜ ਫੋਨ ਤੇ ਜਿਹੜਾ ਸਾਹਮਣੇ ਆ ਉੱਥੇ ਵੀ ਖਾਧੀ ਆਪਾਂ ਇੱਕ ਉੱਧਰ ਉੱਥੇ ਦਾ ਉਹ ਸਰਵਿਸ ਬਹੁਤ ਮਾੜੀ ਉਹਨਾਂ ਦੀ ਬਟ ਇੱਧਰ ਠੀਕ ਆ ਇੱਧਰ ਨੋ ਨੋ ਸਰਵਿਸ ਬਹੁਤ ਮਾੜੀ ਉਹਨਾਂ ਦੀ ਉੱਥੇ ਆਪਾਂ ਗਏ ਸੀ ਉਹਦੇ ਆ ਗਈ ਬਸ ਮਾਰਨਿੰਗ ਬ੍ਰੇਕਫਾਸਟ ਵਾਸਤੇ ਵਧੀਆ ਵੀ ਆਉਂਦਾ ਉੱਥੇ ਓਏ ਹੋਏ ਇੱਥੇ ਵਧੀਆ ਆਉਂਦਾ ਭੁੱਖ ਬੇਤਬਾ ਲੱਗੀ ਪਈ ਆ ਕੁਝ ਖਾ ਪੀ ਲਈਏ ਮੈਂ ਕਿਹਾ ਹੁਣ ਪਾਣੀ ਬਹੁਤ ਠੰਡਾ ਯਾਰ ਇੱਥੇ ਸਾਂਭਣ ਕੇ ਤਾਂ ਪੱਥਰ ਜਿਹਾ ਹੀ ਆ ਪਾਣੀ ਦੀ ਡੈਂਸਿਟੀ ਇੱਥੇ ਥੋੜੀ ਇਦਾਂ ਦੀ
ਸ਼ਾਂਤੀ ਪੰਜਾਬੀ ਢਾਬਾ। ਅੱਛਾ ਭਾਈ, ਸਭ ਤੋਂ ਉੱਪਰ ਬਹਿ ਕੇ ਖਾਣਾ ਖਾਣ ਲੱਗਦੇ ਆ ਹੁਣ। ਇਹਨੇ ਫਰਿੱਜ ਵਿੱਚ ਕੋਲੀ ਰੱਖੀ ਆ ਵੇ, ਕੋਲੀ 'ਚ ਖੰਡ ਰਵਾਈ ਆ। ਹੁਣ ਇੱਥੇ ਕੋਈ ਆਊਗਾ? ਆਰਡਰ ਦੇਣਾ ਪੈਣਾ ਉਹਨੇ ਇੱਕ ਵਾਰੀ ਫਿਰ ਇੱਥੇ ਆਊਗਾ। ਉੱਪਰ ਆਉਂਗੇ ਆਪਣੇ ਆਪ। ਕੀ ਖਾਣਾ? ਰੋਟੀ ਦਾਲ ਮੱਖਣੀ, ਪਰਾਂਠੇ ਪਰੂੰਠੇ ਤਾਂ ਮੱਖਣ ਬੱਜੀ ਇਸ ਵੇਲੇ। ਦਾਲ ਮੱਖਣੀ ਇੱਕ, ਰੋਟੀਆਂ ਚਾਰ ਤਾਂ ਖਾਵਾਂਗਾ, ਤੂੰ ਪੰਜ, ਚਾਰ ਅੱਠ ਰੋਟੀਆਂ ਕਰ ਲਓ। ਦਾਲ ਮੱਖਣੀ ਹੋਰ ਕਿਹਨਾਂ? ਬਿੱਲ ਚੈੱਕ ਕਰੋ। ਕੜਾਹੀ ਪਨੀਰ 180 ਰੁਪਏ ਦਾ ਸੀਗਾ, ਦਾਲ ਮੱਖਣੀ 130 ਰੁਪਏ ਦੀ ਸੀਗੀ, ਤਾਂ ਰੋਟੀਆਂ ਖਾਧੀਆਂ ਸੀ 8, ਇੱਕ ਰੋਟੀ 10 ਰੁਪਏ ਦੀ, ਰੋਟੀਆਂ 80 ਰੁਪਏ ਦੀਆਂ ਸੀਗੀਆਂ, 390 ਰੁਪਏ ਬਿੱਲ ਬਣਿਆ ਮਿੱਤਰੋ।